डेरा बाबा खेमगिरी जी पिंड आली के जिला मानसा जिहड़ी देशों विदेशों तक दी संगतां अंदर अथाह श्रद्धा है। इस स्थान के मौजूदा गद्दी नशीन महंत गोपाल दास जी हैं। समुचा नगर अते इलाके दी संगतां बढ़ चढ़ के सेवा करदियां ने। आओ तुहानूं दर्शन कराउणे आ इस स्थान दे। मेरे सतगुरु औखे वेले नाम दी छावा करदे ने। सतगुर औखे वेले नाम दियां छावां करदे ने। सतगुर औखे वेले नाम दियां छावां करदे ने। मेरे सतगुर औखे वेले नाम दियां छावां करदे ने। मेरे सतगुर औखे वेले नाम दियां छावां करदे ने। मेरे सतगुर औखे वेले नाम दियां छावां करदे ने। मेरे सतगुर औखे वेले नाम दियां छावां करदे ने। मेरे सतगुर औखे वेले नाम दियां छावां करदे ने। सतगुर औखे वेले नाम दियां छावां करदे ने। वाहगुरु जी का खालसा श्री वाहगुरू जी की फतेह। गौरव जी का नगर आली के डेरा हेमगर महाराज के दरबार के पहुंचे आ। महाराज के दरबार के जी आयान कहते हैं। नगर खिड़े वालों भी जी आयान। ये नगर 213 साल के नेड़े डेरा बनया होया। बहुत महापुरश इतने आए सेवा करन वास्ते। तो
ਤਾਂ ਸੇਵਾ ਕਰਕੇ ਜਿੰਨੀ ਕੁ ਮਹਾਰਾਜ ਨੇ ਸੇਵਾ ਲਿਖੀ ਉਹਨੇ ਕੋ ਕਰਕੇ ਜਾਂਦੇ ਰਹੇ ਮਹਾਰਾਜ ਜੀ। ਅੱਛਾ, ਇਸ ਦਰਬਾਰ ਦੇ ਵਿੱਚ ਸਾਨੂੰ ਅਨਮੁੱਲੀਆਂ ਦਾਤਾਂ ਮਿਲਦੀਆਂ ਤਾਂ ਮਿਲਦੀਆਂ ਰਹਿਣਗੀਆਂ, ਤਾਂ ਇਸ ਦਰਬਾਰ ਦੇ ਵਿੱਚੋਂ ਅਸੀਂ ਸਾਰੇ ਨਗਰ ਖੇੜਿਆਂ ਨੇ ਰਲ ਕੇ ਵਿਚਾਰ ਕਰਕੇ ਨਗਰ ਆਲੀ ਕੇ ਨਗਰ ਹੀਰ ਕੇ ਜੋ ਸਾਡੇ ਸੇਵਾਦਾਰ ਜੱਗਾ ਸਿੰਘ ਬਹੁਤ ਸਾਡੇ ਆਪਦੇ ਸ਼ਰਧਾਲੂ ਹੈ, ਸਾਡੇ ਆਪਦੇ ਪਰਿਵਾਰ ਹੈ, ਇਸ ਨਗਰ 'ਚੋਂ ਹੀ ਗਏ ਆ ਹੀਰ ਕੇ, ਇਹਨਾਂ ਦੇ ਯੋਗਦਾਨ ਦੇ ਨਾਲ ਅਸੀਂ ਸਾਰਿਆਂ ਨੇ ਵਿਚਾਰ ਕਰਕੇ ਕੋਈ 5-7 ਪਿੰਡਾਂ ਨੇ ਅਸੀਂ ਦਿੱਲੀ ਵਿਖੇ ਲੰਗਰ ਵੀ ਲਾਇਆ ਸੀ। ਧਰਨਿਆਂ 'ਤੇ ਵੀ ਲੰਗਰ ਅਸੀਂ ਲੈ ਕੇ ਵੱਧ ਤੋਂ ਵੱਧ ਜਾਂਦੇ ਰਹੇ, ਜਾਂਦੇ ਰਹੇ ਲੰਗਰ ਲੈ ਕੇ ਅਸੀਂ ਇਹਨਾਂ ਨਗਰਾਂ ਦੇ ਸਹਿਯੋਗ ਨਾਲ 2 ਮਹੀਨੇ ਅਸੀਂ ਦਿੱਲੀ ਵੀ ਸੇਵਾ ਕਰਕੇ ਆਏ। ਤਾਂ ਤਕਰੀਬਨ ਸਾਡੀ ਸਾਰਿਆਂ ਦੀ ਆਸ ਇਹੋ ਹੀ ਸੀ ਵੀ ਅਸੀਂ ਕਿਸਾਨੀ ਅੰਦੋਲਨ ਨੂੰ ਜਿੱਤ ਕੇ ਮੁੜਾਂਗੇ, ਪਰ ਅਸੀਂ ਜਿੱਤਿਆ ਅਸੀਂ ਬਜ਼ੁਰਗਾਂ ਦੇ, ਬੱਚਿਆਂ ਦੇ ਅਤੇ ਮਾਈਆਂ ਦੇ ਆਸ਼ੀਰਵਾਦ ਨਾਲ। ਅਤੇ ਅੱਗੇ ਤੋਂ ਵੀ ਜੇ ਕੋਈ ਕਿਸੇ ਵੀ ਤਰ੍ਹਾਂ ਦੀ ਸਾਡੇ ਸਮਾਜ 'ਤੇ ਕੋਈ ਦਿੱਕਤ ਆਊਗੀ ਤਾਂ ਅਸੀਂ ਫਿਰ ਵੀ ਸਾਰੇ ਇੱਕਮੁੱਠ ਹੋ ਕੇ ਅਸੀਂ ਜਿੱਤਦੇ ਹਾਂ ਅਤੇ ਜਿੱਤਦੀ ਰਹਾਂਗੇ। ਇਹ ਗੁਰੂਆਂ ਦੀ ਧਰਤੀ ਹੈ, ਜਿੱਤਦੀ ਹੈ ਅਤੇ ਜਿੱਤਦੀ ਰਹੂਗੀ ਰਹਿੰਦੀ ਦੁਨੀਆ ਤੀਕਰ। ਪਰ ਅਸੀਂ ਬੇਨਤੀ ਕਰਦੇ ਹਾਂ ਸੰਤਾਂ ਮਹਾਤਮਾ ਨੂੰ, ਨਗਰ ਖੇੜੇ ਦੇ ਬੱਚਿਆਂ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਡੇਰੇ ਦੇ ਵਿੱਚ ਆਉਣਾ ਹੈ ਤਾਂ ਕੋਈ ਪਾਰਟੀਬਾਜ਼ੀ ਦਾ ਕਿਸੇ ਤਰ੍ਹਾਂ ਪੱਖਬਾਜ਼ੀ ਨਹੀਂ ਕਰਨੀ, ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਕਰਕੇ ਨਹੀਂ ਆਉਣਾ। ਅਤੇ ਜੇ ਕੋਈ ਸਾਡੇ ਕੋਲ ਮਾਈਆਂ ਆਉਂਦੀਆਂ ਵਿਚਾਰ ਕਰਦੀਆਂ ਬਾਬਾ ਜੀ ਬੱਚਾ ਹੈ ਨਹੀਂ, ਤਾਂ ਜੇ ਤਾਂ ਮਹਾਰਾਜ ਬੱਚਾ ਪਹਿਲੀ ਵਾਰ ਦੇ ਵਿੱਚ ਕਈ ਵਾਰੀ ਹੁੰਦਾ ਕਿ ਕਈ ਵਾਰੀ ਪਹਿਲਾਂ ਗੁੜੀਆ ਹੋ ਜਾਂਦੀ ਹੈ, ਬਾਅਦ 'ਚ ਕਾਕਾ ਹੋ ਜਾਂਦਾ, ਕਈ ਵਾਰੀ ਪਹਿਲਾਂ ਕਾਕਾ ਹੋ ਜਾਂਦਾ ਫਿਰ ਤਾਂ ਅੱਗੇ ਕੋਈ ਇੱਛਾ ਹੀ ਨਹੀਂ ਰੱਖਦੇ ਵੀ ਸਾਡੇ ਘਰ ਦੇ ਵਿੱਚ ਗੁੱਡੀਆ ਆ ਜਾਏ। ਅਸੀਂ ਇਹੋ ਹੀ ਮਹਾਰਾਜ ਕੋਲ ਫਰਿਆਦ ਕਰਦੇ ਹਾਂ ਕਿ ਪਹਿਲ ਸਾਡੀ ਕੰਨਿਆ ਧੀ ਨੂੰ ਹੀ ਮਿਲ ਜਾਏ, ਜੇ ਪਹਿਲਾਂ ਧੀ ਆ ਜਾਵੇ ਤਾਂ ਸਾਨੂੰ ਖੁਸ਼ੀ ਹੁੰਦੀ ਹੈ। ਖੁਸ਼ੀ ਇਸ ਕਰਕੇ ਹੁੰਦੀ ਹੈ ਵੀ ਅੱਜ ਕੱਲ੍ਹ ਦੇ ਬੱਚੇ ਜਿਹੜੇ ਨਸ਼ਿਆਂ ਦੇ ਵਹਿਣ 'ਚ ਰੁੜ ਗਏ, ਇਹ ਰੁੜ ਗਏ, ਸਾਡੀ ਹੁਣ ਗੱਲ ਨਹੀਂ ਸੁਣਦੇ, ਸਾਡੇ ਵਿਚਾਰ ਨਹੀਂ ਸੁਣਦੇ। ਜਿਹੜੇ ਸੁਣਦੇ ਉਹਨਾਂ 'ਤੇ ਸਾਨੂੰ ਮਾਣ ਹੈ, ਬਾਹਲਾ ਮਾਣ ਹੈ। ਅਤੇ ਜਿਹੜੀਆਂ ਬੱਚੀਆਂ ਸਾਡੇ ਡੇਰਿਆਂ ਦੇ ਵਿੱਚ ਲੰਗਰ ਭੰਡਾਰੇ ਚੱਲਦੇ ਹੈ, ਉਹ ਬੱਚੀਆਂ ਆ ਕੇ ਸੇਵਾ ਕਰਦੀਆਂ, ਸੇਵਾ ਕਰਦੀਆਂ, ਬਰਤਨਾਂ ਦੀ ਸੇਵਾ ਕਰਦੀਆਂ, ਹੋਰ ਸੇਵਾ ਕਰਦੀਆਂ, ਸੰਤਾਂ ਮਹਾਤਮਾ ਦਾ ਸਤਿਕਾਰ ਕਰਦੀਆਂ। ਤਾਂ ਜਿਹੜੇ ਸੰਤ ਮਹਾਤਮਾ ਚੰਗੇ ਹੈ ਕਿਸੇ ਵੀ ਤਰ੍ਹਾਂ ਦਾ, ਜਿਵੇਂ ਸਾਡੇ ਮਹਾਰਾਜ ਜੀ ਆਏ ਸਾਲ ਨਿਰੰਜਨ ਦਾਸ ਮਹਾਰਾਜ ਜੀ ਰਾਮਗੜ੍ਹ ਸੰਗਰ ਕੋਤਰੀਆਂ ਕਰਾਉਂਦੇ ਆ ਖੰਡ ਪਾਠਾਂ ਦੀਆਂ, ਤਾਂ ਸ਼ੀਤਲ ਪ੍ਰਕਾਸ਼ ਮਹਾਰਾਜ ਜੀ ਬਹੁਤ ਵੱਧ ਚੜ੍ਹ ਕੇ ਸੇਵਾ, ਜਿਵੇਂ ਕਿਲੀ ਗੁਲਾਬੇ ਵਾਲਾ ਮਹਾਰਾਜ ਜੀ ਕਰਾਉਂਦੇ ਆ, ਕਿ ਜਿਹੜੀ ਸਾਨੂੰ ਦੇਣ ਹੈ, ਸਾਨੂੰ ਦੇਣ ਇਹਨਾਂ ਗੁਰੂਆਂ ਦੀ ਹੈ, ਇਹਨਾਂ ਦੇ ਆਸ਼ੀਰਵਾਦ ਹੈ, ਕਿਉਂਕਿ ਜਿਨ੍ਹਾਂ ਦੇ ਗੁਰੂ ਚੰਗੇ ਹੋਣ ਬੱਚੇ ਚੰਗੇ ਹੀ ਹੁੰਦੇ ਹੈ। ਤਾਂ ਸਾਡਾ ਕਹਿਣ ਦਾ ਭਾਵ ਇਹੋ ਹੈ ਕਿ ਸਾਰੇ ਪਿਆਰ ਮੁਹੱਬਤਨਾਂ ਦੇ ਨਾਲ ਗੁਰਦੁਆਰੇ ਦਾ ਸਤਿਕਾਰ ਕਰੋ, ਮੰਦਰ ਮਸੀਤ ਦਾ ਸਤਿਕਾਰ ਕਰੋ। ਤਾਂ ਜਿਹੜੇ ਸਾਡੇ ਗੁਰੂ ਹੈ, ਹੋਰ ਮਹਾਂਪੁਰਸ਼ ਨੇ, ਸਾਰੇ ਇਕੱਠੇ ਹੋ ਕੇ ਅਸੀਂ ਸੇਵਾ ਕਰਦੇ ਹਾਂ, ਤਾਂ ਕਰਦੇ ਰਹਾਂਗੇ, ਕਰਾਂਗੇ ਅਸੀਂ ਤਾਂ ਕਰਕੇ, ਅਤੇ ਕਿਉਂਕਿ ਜੇ ਸਾਡੇ ਨਾਲ ਨਗਰ ਖੇੜਿਆਂ ਦਾ ਪਿਆਰ ਰਹੇ ਤਾਂ ਪੰਚਾਇਤਾਂ ਦਾ ਪਿਆਰ ਰਹੇ, ਤਾਂ ਜਿਹੜੀਆਂ ਮਾਈਆਂ ਹੈ, ਮਾਈਆਂ ਦਾ ਆਪਸ ਵਿੱਚ ਪਿਆਰ ਰਹੇ, ਘਰਾਂ 'ਚ ਪਿਆਰ ਰਹੇ, ਜੋ ਸਾਡੇ ਜਿਹੜੇ ਸਾਡੇ ਭੰਡਾਰੇ ਚੱਲਦੇ ਹੈ, ਇਹ ਭੰਡਾਰੇ ਸਾਡੇ ਸਾਰੇ ਨਗਰ ਖਿੜੇ ਸਿਰ 'ਤੇ ਚੱਲਦੇ ਹੈ। ਜੇ ਨਗਰ ਖਿੜੇ ਦੇ ਵਿੱਚ ਪਿਆਰ ਰਹੂਗਾ ਤਾਂ ਸਾਡੇ ਘਰਾਂ ਦੇ ਵਿੱਚ ਜ਼ਰੂਰ ਪਿਆਰ ਰਹੂਗਾ। ਇੰਨੀਆਂ ਵਿਚਾਰਾਂ ਕਰਦੇ ਹੋਏ ਤਾਂ ਮਾਫ਼ੀ ਮੰਗਦੇ ਹਾਂ, ਕਿਉਂਕਿ ਅਸੀਂ ਅਨਪੜ੍ਹ ਹੈ, ਕਈ ਵਾਰੀ ਸਾਤੋਂ ਵੱਧ ਘੱਟ ਬੋਲਿਆ ਜਾਵੇ ਤਾਂ ਕੋਈ ਗਲਤੀ ਹੋ ਗਈ ਹੋਵੇ ਬੋਲਦਿਆਂ, ਤਾਂ ਅਸੀਂ ਭਾਈ ਮਾਫ਼ੀ ਵੀ ਮੰਗਦੇ ਹਾਂ, ਕਿਉਂਕਿ ਅਨਪੜ੍ਹ ਹੋਣ ਕਾਰਨ ਕਈ ਵਾਰ ਪਤਾ ਨਹੀਂ ਲੱਗਦਾ ਬੋਲਣ ਦਾ, ਤਾਂ ਅਸੀਂ ਭਾਈ ਇਸ ਗੱਲ ਦੀ ਮਾਫ਼ੀ ਮੰਗਦੇ ਹਾਂ ਸੰਗਤ ਤੋਂ, ਜੇ ਕੋਈ ਸਾਥੋਂ ਬੋਲਦਾ ਤਾਂ ਗਲਤੀ ਹੋ ਗਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।